ਸੰਗਰੂਰ ਦੇ ਦੇੜਵਾ ਵਿੱਚ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਹਿਰ ਦੇ ਵਿਚਕਾਰ ਗੋਦਾਮ ਵਿੱਚ ਰੇਡ ਕਰਕੇ ਵੱਡੀ ਮਾਤਰਾ ਵਿੱਚ ਦੀਵਾਲੀ ਦੇ ਸਮੇਂ ਪ੍ਰਯੋਗ ਕੀਤੇ ਜਾਣ ਵਾਲੇ ਪਟਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ। ਇੱਕ ਘਰ ਵਿੱਚ ਗੋਦਾਮ ਬਣਾ ਕੇ ਇਹਨਾਂ ਪਟਾਕਿਆਂ ਨੂੰ ਸਟੋਰ ਕਰਕੇ ਰੱਖਿਆ ਗਿਆ ਸੀ, ਜੋ ਕਿ ਗੈਰ ਕਾਨੂੰਨੀ ਹੈ। ਪੁਲਿਸ ਜਾਂਚ ਕਰ ਰਹੀ ਹੈ। ਤੇ ਹੁਣ ਜਿਹੜੀ ਕੀ ਕਾਰਵਾਈ ਹੈ? ਹੁਣ ਤਾਂ ਇਹੀ ਕਾਰਵਾਈ ਕੀਤੀ ਜਾਊਗੀ, ਇਹਨਾਂ ਨੂੰ ਡਿਸਟਰਾਏ ਕੀਤਾ ਜਾਊਗਾ ਜੀ। ਜਿਹੜੇ ਦੋਸ਼ੀਆਂ ਨੇ ਰੱਖੇ ਉਹਨਾਂ 'ਤੇ ਤਾਂ ਪੁਲਿਸ ਕਾਰਵਾਈ ਹੋਣੀ ਹੀ ਹੋਣੀ ਹੈ ਜੀ। ਸਰ ਜਿਵੇਂ ਪਿਛਲੇ ਸਾਲ ਵੀ ਸਰ, ਮੇਰੀ ਤਾਂ ਪਹਿਲੀ ਵਾਰੀ ਧਿਆਨ 'ਚ ਆਈ ਗੱਲ, ਇਹ ਮੈਂ ਪਤਾ ਨਹੀਂ ਸੀਗਾ ਇਸ ਬਾਰੇ। ਪ੍ਰਸ਼ਾਸਨ ਵੱਲੋਂ ਪੂਰਨ ਤੌਰ 'ਤੇ ਰੋਕ ਕੋਈ ਨਹੀਂ, ਪਰ ਲਾਇਸੈਂਸ ਸ਼ੁਦਾ ਹੀ ਬੰਦੇ ਹੀ ਵੇਚ ਸਕਦੇ ਜੀ। ਕਲੋਨੀ ਹੈ, ਕਾਫੀ ਕੰਜਸਟਡ ਕਲੋਨੀ ਹੈ। ਇਸ ਕਲੋਨੀ ਦੇ ਵਿੱਚ SHO ਸਾਹਿਬ ਨੂੰ ਇਨਫੋਰਮੇਸ਼ਨ ਸੀ, ਇਨਫੋਰਮੇਸ਼ਨ ਦੇ ਆਧਾਰ 'ਤੇ ਅਸੀਂ ਕਾਰਵਾਈ ਕੀਤੀ। ਜਦੋਂ ਆ ਕੇ ਚੈੱਕ ਕੀਤਾ ਤਾਂ ਕਾਫੀ ਵੱਡਾ ਗਰਾਊਂਡ ਹੈ। ਇਸ ਗਰਾਊਂਡ ਦੇ ਵਿੱਚ ਮੇਰਾ ਹਾਲ ਕਾਫੀ ਤਾਦਾਦ ਦੇ ਵਿੱਚ ਪੇਟੀਆਂ ਪਈਆਂ ਨੇ, ਜਿਹੜੀਆਂ ਹਾਲੇ ਕਾਊਂਟਿੰਗ ਕਰ ਰਹੇ ਨੇ ਅਸੀਂ ਕਿੰਨੀਆਂ ਕੁ ਨੇ। ਅਤੇ ਤੁਸੀਂ ਵੀ ਦੇਖ ਲਿਆ ਵੀ ਬਹੁਤ ਹਾਈ ਲੈਵਲ ਦਾ ਕੰਮ ਆ, ਉਹ ਵੀ ਇਹ ਉਸ ਏਰੀਏ ਦੇ ਵਿੱਚ ਜਿੱਥੇ ਹਾਈਲੀ ਪਾਪੂਲੇਟਡ ਹੈਗਾ, ਜਿਹਦੇ ਇਹਦੇ ਕੋਈ ਲਾਇਸੈਂਸ ਵਗੈਰਾ ਵੀ ਨਹੀਂ ਇਸ਼ੂ ਹੋਇਆ ਹੋਇਆ। ਨਾਇਬ ਸਾਹਿਬ ਨਾਲ ਮੈਂ ਗੱਲ ਕੀਤੀ, ਇਹਨਾਂ ਨੇ DC ਬ੍ਰਾਂਚ ਦੇ ਵਿੱਚ ਵੀ ਗੱਲ ਕੀਤੀ ਵੀ ਇੱਥੇ ਦਾ ਕੋਈ ਲਾਇਸੈਂਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕੋਈ ਲਾਇਸੈਂਸ ਵਗੈਰਾ ਨਹੀਂ ਇਸ਼ੂ ਹੋਇਆ ਹੋਇਆ। ਅਨਅਥੋਰਾਈਜ਼ਡ ਕੰਮ ਹੈ, ਇਹਦੇ ਕੋਲ ਕੋਈ ਲਾਇਸੈਂਸ ਵਗੈਰਾ ਨਹੀਂ ਹੈ, ਕਿਸੇ ਤਰ੍ਹਾਂ ਦਾ ਇਹ ਲਾਇਸੈਂਸ ਨਹੀਂ ਪੇਸ਼ ਕੀਤਾ। ਇਹ ਦੇਖ ਕੇ ਪੁਲਿਸ ਨੂੰ ਭੱਜ ਗਿਆ। ਕੌਣ ਹੈ ਇਹ ਬੰਦਾ? ਕੋਈ ਰਮੇਸ਼ ਕੁਮਾਰ ਨਾਂ ਦਾ ਬੰਦਾ। ਇਹ ਪਹਿਲਾਂ ਵੀ ਇਹ ਕਰਦਾ ਰਿਹਾ ਜੀ? ਨਹੀਂ, ਮੈਨੂੰ ਨੌਲੇਜ ਵੀ ਪਹਿਲਾਂ ਇਹ ਕੰਮ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ। ਸਰ ਕਿੰਨੀਆਂ ਜਗ੍ਹਾ ਤੋਂ? ਇੱਕ ਇੱਥੇ ਇੱਥੋਂ ਮਿਲਿਆ, ਅਤੇ ਥੋੜ੍ਹੇ ਜਿਹਾ ਜਿਹੜਾ ਸਮਾਨ ਹੈ ਉਹ ਦੂਸਰੀ ਕੋਠੀ ਦੇ ਵਿੱਚੋਂ ਮਿਲਿਆ ਹੈਗਾ ਸਾਨੂੰ, ਅਤੇ ਉਹ ਸਾਰਾ ਅਸੀਂ ਜਿਹੜਾ ਇੱਥੇ ਉਹ ਕਰਕੇ ਉਹਨੂੰ ਅਸੀਂ ਇਹ ਸਾਨੂੰ ਹੈਂਡਲਿੰਗ 'ਚ ਪ੍ਰੋਬਲਮ ਆਉਣੀ ਹੈ, ਅਸੀਂ ਇਹਨਾਂ ਤੋਂ ਨਾਇਬ ਸਾਹਿਬ ਤੋਂ SDM ਸਾਹਿਬ ਤੋਂ ਔਡਰ ਲਵਾਂਗੇ। ਔਡਰ ਲੈ ਕੇ ਇਹਨੂੰ ਇਹ ਪਰਚਾ ਦੇ ਕੇ ਇਸ ਨੂੰ ਥੋੜ੍ਹਾ ਜਿਹਾ ਡਿਫਿਊਜ਼ ਕਰਾਂਗੇ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ, ਅਤੇ ਇਹਨੂੰ ਮਾਲ ਮੁਕੰਮਲ ਦੇ ਤੌਰ 'ਤੇ ਕਿਤੇ ਕਲੋਨੀ ਵਾਲੇ ਨੂੰ ਵੀ ਇਹ ਰਿਕੁਐਸਟ ਕਰਨ ਲੱਗੇ ਹਾਂ, ਅਤੇ ਬਾਕੀ ਸਾਡੇ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਸਾਰੇ ਦਿਲਵੇ ਏਰੀਏ ਦੇ ਵਿੱਚ ਸਾਡੀ ਇਹੀ ਰਿਕੁਐਸਟ ਹੈ ਵੀ ਜੇ ਇੱਦਾਂ ਦੇ ਕਿਤੇ ਹੋਰ ਵੀ ਗੋਦਾਮ ਨੇ ਉਹ ਸਾਡੀ ਨੌਲੇਜ ਲਿਆਉਂਦੇ ਜਾਣ, ਕਿਉਂਕਿ ਇਹ ਬਹੁਤ ਵੱਡਾ ਨੁਕਸਾਨ ਹੋ ਸਕਦਾ। ਇੱਥੇ ਇੱਕ ਲੇਡੀ ਰਹਿੰਦੀ ਸੀ ਜਿਹਦੇ ਉਹ ਪ੍ਰੈਗਨੈਂਟ ਹੈ ਅਤੇ ਉਹਦਾ ਬੇਟਾ ਉੱਪਰ ਰਹਿੰਦਾ, ਦੋਨੋਂ ਕਿਰਾਏ 'ਤੇ ਰਹਿੰਦੇ ਨੇ, ਉਹਦਾ ਹਸਬੈਂਡ ਬਾਹਰ ਗਿਆ ਹੈ। ਅਸੀਂ ਉਹਨਾਂ ਨੂੰ ਵੀ ਕਿਹਾ ਵੀ ਜੇ ਕੱਲ੍ਹ ਨੂੰ ਤੇਰਾ ਬੱਚਾ ਹੀ ਇਹਨੂੰ ਕੋਈ ਲਾ ਦਿੰਦਾ ਤੀਲੀ ਤਾਂ ਤੇਰਾ ਕਿੱਡਾ ਉਹਦਾ ਜਾਨੀ ਨੁਕਸਾਨ ਹੋ ਜਾਣਾ ਸੀ। ਤੁਹਾਨੂੰ ਇਹਦੇ ਬਾਰੇ ਇੱਥੇ ਰਹਿਣਾ ਨਹੀਂ ਚਾਹੀਦਾ ਜਾਂ ਸਾਨੂੰ ਦੱਸਣਾ ਚਾਹੀਦਾ, ਲੋਕ ਅਵੇਅਰ ਨਹੀਂ ਹੈਗੇ। ਅਸੀਂ ਲੋਕਾਂ ਨੂੰ ਇਹੀ ਤੁਹਾਡੇ ਥਰੂ ਜ਼ਰੀਏ ਅਵੇਅਰ ਕਰਨਾ ਚਾਹੁੰਦੇ ਹਾਂ ਵੀ ਇੱਦਾਂ ਦਾ ਅਸੀਂ ਕੋਈ ਵੀ ਗਰਾਊਂਡ ਜਾਂ ਕਿਸੇ ਤਰ੍ਹਾਂ ਵੀ ਇਨਲੀਗਲ ਕੰਮ ਨਹੀਂ ਹੋਣ ਦੇਣਾ। ਸਰ ਇੱਥੇ ਜਿਹੜੀਆਂ ਤਾਰਾਂ ਨੇ ਇਨਲੀਗਲ ਹੈ, ਤਾਰਾਂ ਨੰਗੀਆਂ ਤੋਂ ਮਤਲਬ ਹੀ ਨਹੀਂ, ਤਾਰਾਂ ਨੰਗੀਆਂ ਹੋਣ ਜਾਂ ਨਾ ਹੋਣ ਫਿਰ ਵੀ ਇਨਲੀਗਲ ਹੈ। ਥੈਂਕ ਯੂ ਸਰ।